ਵਿੱਚ ਵਸਦੇ ਆ ਸੱਜਣਾ, ਤੇਰੇ ਮੈਂ ਦਿਲ ਵਿੱਚ ਰਹਿਣਾ। ਹੋ ਅੱਖੀਆਂ ਵਿੱਚ ਵਸਦੇ ਆ ਸੱਜਣਾ, ਤੇਰੇ ਮੈਂ ਦਿਲ ਵਿੱਚ ਰਹਿਣਾ। ਹੱਲੜਦੀ ਜਾਣ ਲਟਕਦੀ, ਹੱਲ ਕੋਈ ਕਰਨਾ ਪੈਣਾ। ਤੇਰੇ ਥੋੜੇ ਹੋਰ ਇਰਾਦੇ, ਟਾਲੀ ਨਾ ਗੱਲੀ ਵੇ, ਤੇਰੇ ਨਾਲ ਜੀਣਾ ਸੱਜਣਾ। ਡੀਓਪੀ ਸਾਹਿਬ, ਤੁਸੀਂ ਬਹੁਤ ਵਧੀਆ ਆਪਣੇ ਸ਼ਾਂਤ ਲੱਭ ਲਈ ਆ, ਤੇ ਕੁਝ ਕਹਿਣਾ ਚਾਹੋਗੇ ਕੀ ਬਣ ਰਿਹਾ? ਮੈਂ ਤਾਂ ਕਹਿੰਦਾ ਬਸ ਸ਼ੀਰਸੀ ਦੀ ਸ਼ੂਟ ਹੋਵੇ ਹੁਣ, ਧੁੱਪ ਬਸ ਸੜਨ ਦੀ ਆ, ਧੁੱਪ ਨਾ ਸੜ ਰਿਹਾ। ਰਾਈਟਰ ਸਾਹਿਬ ਦੇ ਮੋਢੇ ਬਾਹਲੇ ਥੱਲੇ ਨੂੰ ਜਾਈ ਜਾਂਦੇ ਆ, ਕਿੱਦਾਂ ਕੁਝ ਕਹਿਣਾ ਚਾਹੋਗੇ? ਸ਼ੂਟ ਹੋ ਗਿਆ ਜੀ, ਆਪਣੇ ਦੋ ਸੀਨ ਹੋ ਗਏ ਆ, ਹਾਂਜੀ ਥਰਡ ਆਪਾਂ ਸਟਾਰਟ ਕਰ ਦਿੱਤਾ ਆ। ਤੇ ਮਤਲਬ ਕਿ ਤੁਹਾਡੇ ਤੇ ਬਹੁਤ ਜ਼ਿਆਦਾ ਲੱਗ ਰਿਹਾ, ਕੁਛ ਕਿ ਟੈਨਸ਼ਨ 'ਚ ਵੀ ਤੁਸੀਂ ਜ਼ਿਆਦਾ ਹੋ? ਨਹੀਂ, ਉਹ ਥੋੜ੍ਹਾ ਟਰਾਂਸਲੇਟ ਕਰਨ, ਥੋੜ੍ਹਾ ਜਿਹਾ ਸਕ੍ਰਿਪਟ ਨੂੰ ਥੋੜ੍ਹਾ ਲੱਗ ਜਾਂਦਾ ਸਮਝਾਉਣ 'ਚ, ਬਾਕੀ ਤਾਂ ਕੋਈ ਗੱਲ ਨਹੀਂ। ਚਲੋ ਬਹੁਤ ਵਧੀਆ ਭਾਅ ਜੀ, ਮਿਲਦੇ ਹਾਂ ਅਗਲੇ ਸੀਨਸ ਵਿੱਚ। ਜ਼ਰੂਰ ਜ਼ਰੂਰ, ਬੈਠੋ ਇਹਨਾਂ ਕੋਲ ਭਾਅ ਜੀ, ਕਰੋ ਕੀ ਗੱਲ ਆ, ਕੱਟ ਭਾਅ ਜੀ, ਹੱਸਣਾ ਨਹੀਂ ਗਾ, ਉਹ ਤੁਹਾਨੂੰ ਗੁੱਸੇ ਹੋ ਰਿਹਾ, ਤੁਸੀਂ ਅੱਗੇ ਹੱਸੀ ਜਾਂਦੇ ਆ। ਡਾਇਰੈਕਟਰ ਸਾਹਿਬ, ਤੁਹਾਡੀ ਲੋੜ ਆ। ਡਾਇਰੈਕਟਰ ਸਾਹਿਬ, ਕੋਈ ਕਮੈਂਟ ਦੇਣਾ ਚਾਹੋਗੇ ਇਸ ਸੀਨ ਤੇ, ਕੋਈ ਕਮੈਂਟ ਦੇਣਾ ਚਾਹੋਗੇ? ਭਾਈ ਨੇ ਡਰਾਤਾ, ਦੇਖ ਲਓ, ਜਾਣਾ ਤਾਂ ਪੈਣਾ ਹੀ ਆ। ਪਹਿਲਾਂ ਕੀ, ਪਹਿਲਾਂ ਕੀ ਫੀਲ ਹੋਇਆ ਤੁਹਾਨੂੰ ਜਦੋਂ ਤੁਸੀਂ ਉੱਪਰ ਪਹਿਲਾਂ ਜਾ ਕੇ ਆਏ? ਗਰਮੀ ਬਹੁਤ ਜ਼ਿਆਦਾ ਸੀ, ਗਰਮੀ ਜ਼ਹਿਰ ਲੱਗੀ। ਅੱਛਾ ਜੀ, ਚਲੋ ਕਰਨਾ ਤਾਂ ਪੈਂਦਾ ਹੀ। ਚਲੋ ਬਿਲਕੁਲ ਬਿਲਕੁਲ ਬਿਲਕੁਲ, ਵਿਆਹ ਕਰਵਾਉਣ ਲਈ ਇੱਕ ਦੂਜੇ ਵਾਲਾ ਦੇਖੋ। ਬਸ ਬਸ ਸਹੀ ਹੈ ਭਾਈ, ਕਹੋ ਨਹੀਂ ਮੈਂ ਕਰ ਦਿੰਦਾ। ਭਾਅ ਜੀ ਤੁਸੀਂ ਵਿੱਚ ਆ ਗਏ, ਲਓ ਜੀ ਸਾਰੇ ਕਰੂ ਚਾਹ ਪੀਂਦਾ ਹੋਇਆ। ਦੇਖੋ ਅਸੀਂ ਸਪੋਰਟ ਬੋਏ ਨੂੰ ਕਿੰਨੀ ਵਧੀਆ ਤਨਖਾਹ ਦੇਈਏ, ਕਰੋ ਐਕਸ਼ਨ। ਸੱਚੀ ਸੌ ਗਏ ਕੋਠੇ ਤੇ, ਮੇਰਾ ਜੀ ਕਰਦਾ ਪਿਆ ਸੀ ਸੋ ਜਾਵਾਂ, ਪਰ ਗਰਮੀ ਬਹੁਤ ਜ਼ਿਆਦਾ ਸੀ। ਬਿਲਕੁਲ ਓਕੇ ਭਾਜੀ, ਆ ਦੋ ਘੰਟੇ ਦਾ ਪਤਾ ਨਹੀਂ ਕੀ ਚੱਕੀ ਫਿਰਦੇ ਆ, ਰੋਟੀ ਹੈ ਕਿ ਨਹੀਂ ਪਤਾ ਨਹੀਂ, ਲਫਾਫਾ ਹੈ ਜੀ ਇਹ 'ਚ, ਪਹਿਲਾਂ ਪੱਠੇ ਪਾਏ ਸੀ ਹੁਣ ਰੋਟੀ ਪਾ ਲਈ ਨਾ।
ਤੇਰੇ ਨਾਲ ਜੀਣਾ।